ਹੁਣ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਉਸ ਸਿੱਖ ਬੱਚੇ ਨਾਲ ਜਿਸ ਦੀਆਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋਈਆਂ ਸਨ। ਕਵੀ ਸ਼ਰੀ ਦੇ ਨਾਲ ਗਗਨਦੀਪ ਸਿੰਘ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਨਾਲ ਹੀ ਵੱਡੇ ਵੱਡੇ ਕਵੀ ਸ਼ਰਾਂ ਨੂੰ ਵੀ ਮਾਤ ਪਾਉਂਦਾ ਵਿਖਾਈ ਦੇ ਰਿਹਾ ਹੈ। ਦੇਖੋ ਇਹ ਰਿਪੋਰਟ। ਸੂਰਮਾ ਜਣਿਆ ਇਹਨੇ ਕੀਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ ਏ ਭਾਰਤ ਦੀ ਤਨ ਜਿਗਰ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ, ਮਾੜੇ ਜੋ ਬਾਗ ਬਗੀਚੇ ਸੀ ਉਰ ਜਾ ਗਏ ਸੀ, ਲੈ ਆਇਆ ਕਰਨਾ ਦੂਰ ਫੁੱਲਾਂ ਤੇ ਜੋ ਮਰ ਜਾ ਗਏ ਸੀ, ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ। ਪਿਛਲੇ ਦਿਨ ਇੱਕ ਸਿੱਖ ਬੱਚੇ ਦੀਆਂ ਕਵਿਸ਼ਰੀ ਗਾਉਂਦੇ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ। ਸਾਡੀ ਟੀਮ ਵੱਲੋਂ ਜਦੋਂ ਇਸ ਬੱਚੇ ਤੱਕ ਪਹੁੰਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਬੱਚੇ ਦਾ ਨਾਂ ਗਗਨਦੀਪ ਸਿੰਘ ਹੈ ਅਤੇ ਉਸਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਪਾਠੀ ਦੀ ਸੇਵਾ ਨਿਭਾਉਂਦੇ ਹਨ। ਬੱਚੇ ਨੇ ਕਿਹਾ ਕਿ ਉਸਨੂੰ ਬਚਪਨ ਤੋਂ ਹੀ ਘਰ ਵਿੱਚ ਸਿੱਖ ਸਿਧਾਂਤਾਂ ਦਾ ਮਾਹੌਲ ਮਿਲਿਆ ਹੈ, ਜਿਸਦੇ ਦਾਦਾ ਦਾਦੀ ਵੀ ਉਸਨੂੰ ਲੋਰੀ ਦੀ ਬਜਾਏ ਕਵਿਸ਼ਰੀ ਅਤੇ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦੇ ਸਨ, ਜਿਸ ਕਾਰਨ ਉਸਦਾ ਰੁਝਾਨ ਵੀ ਕਵਿਸ਼ਰੀ ਵੱਲ ਹੋ ਗਿਆ। ਉਸਦੀ ਕਵਿਸ਼ਰੀ ਵੱਡੇ ਵੱਡੇ ਵਿਦਵਾਨਾਂ ਨੂੰ ਮਾਤ ਪਾਉਂਦੀ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਫਤਿਹਗੜ੍ਹ ਚੂੜੀਆਂ ਦੇ ਬਾਬਾ ਕੁਲਦੀਪ ਸਿੰਘ ਨੂਰ ਨੇ ਇਸ ਬੱਚੇ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਇਸ ਨੂੰ ਆਪਣੀ ਧਾਰਮਿਕ ਅਕੈਡਮੀ ਵਿੱਚ ਲੈ ਆਂਦਾ ਹੈ, ਜਿੱਥੇ ਇਸ ਨੂੰ ਗੁਰਮਤਿ ਸਿੱਖਿਆ ਦਿੱਤੀ ਜਾ ਰਹੀ ਹੈ। ਮੇਰੇ ਸਤਿਗੁਰ ਕਲਗੀ ਵਾਲੜੇ, ਹਰ ਗੋਬਿੰਦ ਗੁਰੂ ਅਵਤਾਰ ਬੈਠੇ, ਦੋ ਤਲਵਾਰਾਂ ਪਹਿਣ ਕੇ ਬੈਠੇ, ਦੋ ਤਲਵਾਰਾਂ ਪਹਿਣ ਕੇ ਸੋਹਣੀ ਸਿਰ ਸਜੇ ਦਸਤਾਰ, ਐਣੋ ਬੋਲੇ ਨੇ ਫਿਰ ਗੱਜ ਕੇ, ਐਣੋ ਬੋਲੇ ਨੇ ਫਿਰ ਗੱਜ ਕੇ, ਜਿਹਨੂੰ ਸਿੱਖੀ ਨਾਲ ਪਿਆਰ ਲੈ ਕੇ ਆਵੋ ਘੋੜੇ ਕੀਮਤੀ, ਲੈ ਕੇ ਆਵੋ ਘੋੜੇ ਕੀਮਤੀ, ਦਿਓ ਭੇਟਾ ਵਿੱਚ ਹਥਿਆਰ, ਮੈਨੂੰ ਲੋੜ ਸਿਰਾਂ ਦੀ ਪੈ ਗਈ, ਮੈਨੂੰ ਲੋੜ ਸਿਰਾਂ ਦੀ ਪੈ ਗਈ, ਆਵੋ ਸੀਸ ਤਲੀ ਤੇ ਤਾਰ, ਤਿੱਖੀਆਂ ਤੇ ਗਾਂ ਉੱਤੇ ਨੱਚ ਕੇ, ਤਿੱਖੀਆਂ ਤੇ ਗਾਂ ਉੱਤੇ ਨੱਚ ਕੇ, ਕਰ ਦਿਓ ਦੁਸ਼ਟਾਂ ਦਾ ਸੰਘਾਰ, ਜਿਹੜਾ ਚਾਹੁੰਦਾ ਖੁਸ਼ੀ ਆ ਸਾਡੜੀ, ਜਿਹੜਾ ਚਾਹੁੰਦਾ ਖੁਸ਼ੀ ਆ ਸਾਡੜੀ, ਚੁੰਮੇ ਤੇਜ ਖੰਡੇ ਦੀ ਤਾਰ, ਆਖੇ ਲੱਗ ਜੋ ਲੱਗ ਜੋ ਬੈਲੀ ਉਮਰ ਲੈ, ਫਿਰ ਨਹੀਂ ਆਉਣਾ ਪਊ ਪਛਤਾਉਣਾ, ਸ਼ਸਤਰ ਚੁੱਕ ਲੋ। ਛੋਟੀ ਜਿਹੀ ਉਮਰ ਦੇ ਵਿੱਚ ਇਸ ਤਰ੍ਹਾਂ ਧਿਆਨ ਹੋਇਆ ਹੁਣ ਦੱਸੋ। ਇਹ ਸ਼ੁਰੂ ਤੋਂ ਮੇਰੇ ਦਾਦਾ ਜੀ ਬੋਲਦੇ ਹੁੰਦੇ ਸੀ, ਉਹਨਾਂ ਨੂੰ ਸਿੱਖ ਵੇਖ ਵੇਖ। ਚਾਹੁਣਾ ਪਰਿਵਾਰ ਦੇ ਵਿੱਚ ਹੋਰ? 6 ਜੀ ਹੈ, 4 ਭੈਣ ਭਰਾ, 1 ਮੰਮੀ ਪਾਪਾ ਹੈ, 2 ਜਣੇ। ਟ੍ਰੇਨਿੰਗ ਵੀ ਲੈ ਰਹੇ ਹੁਣ? ਹਾਂਜੀ ਲੈ ਰਹੇ ਹਾਂ, ਗੁਰਦੁਆਰਾ ਹੈ ਸੱਤ ਧਾਮ ਸੱਤ ਖੰਡ, ਸੱਤ ਧਾਮ ਸੱਤ ਖੰਡ, ਸ਼੍ਰੀ ਸੁਹਾਸਰ ਸਾਹਿਬ। ਕਿੰਨੇ ਚਿਰ ਤੋਂ ਟ੍ਰੇਨਿੰਗ ਲੈ? ਮੈਂ ਥੋੜ੍ਹੇ ਚਿਰ, ਮਹੀਨੇ ਕੁ ਲਾਗੇ ਹੋ ਗਏ। ਬਹੁਤ ਸੇ ਬੱਚੇ ਤੁਹਾਡੀ ਉਮਰ ਦੇ ਨੇ ਜਿਹੜੇ ਮੋਬਾਈਲਾਂ 'ਤੇ ਬਿਜ਼ੀ ਰਹਿੰਦੇ ਨੇ, ਟਿਕਟੋਕ ਬਣਾਉਂਦੇ ਨੇ ਜਾਂ ਪਬਜੀ ਗੇਮਾਂ ਖੇਡਦੇ ਨੇ, ਉਹਨਾਂ ਵਾਸਤੇ ਕੀ ਕਹਿਣਾ? ਉਹਨਾਂ ਵਾਸਤੇ ਇੱਕੋ ਬੇਨਤੀ ਆ ਕਿ ਮੋਬਾਈਲਾਂ ਨੂੰ ਛੱਡਣ, ਕਿਉਂਕਿ ਮੋਬਾਈਲਾਂ 'ਚੋਂ ਕੁਝ ਨਹੀਂ ਮਿਲਣਾ, ਇਹ ਤਾਂ ਦੁਨਿਆਵੀ ਚੀਜ਼ਾਂ ਨੇ, ਵੀ ਟਾਈਮ ਪਾਸ ਆ ਇਹ ਕਰ ਰਹੇ, ਅਤੇ ਪਰ ਇਹਨਾਂ ਨੂੰ ਤਿਆਗ ਕੇ ਅਤੇ ਮਹਾਰਾਜ ਵੱਲ ਜੁੜੋ, ਗੁਰਬਾਣੀ ਪੜ੍ਹਿਆ ਕਰੋ, ਸੇਵਾ ਸਿਮਰਨ ਕਰਿਆ ਕਰੋ, ਅਤੇ ਇਹਨਾਂ ਪਾਰ ਉਤਰ ਹੋਣਾ ਹੈ, ਨਹੀਂ ਤਾਂ ਨਹੀਂ, ਇਹ ਮੋਬਾਈਲਾਂ 'ਚੋਂ ਕੁਝ ਨਹੀਂ ਮਿਲ ਸਕਦਾ। ਮੈਂ ਕਹਿਣਾ ਚਾਹੁੰਦਾ ਕਿ ਐਸੇ ਬੱਚੇ ਬਹੁਤ ਵਿਰਲੇ ਨੇ, ਜਿਵੇਂ ਗੁਰਬਾਣੀ ਦੇ ਵਿੱਚ ਫਰਮਾਣੇ ਹੈਨ ਵਿਰਲੇ ਨਾ ਹੀ ਘੜੇ ਫੈਲ ਫਕੜ ਸੰਸਾਰ, ਇਹੋ ਜਿਹੇ ਬੱਚੇ ਜਿਹੜੇ ਧਾਰਮਿਕ ਰੁਚੀ ਵਾਲੇ ਨੇ ਬਹੁਤ ਘੱਟ ਨੇ, ਕਿਉਂਕਿ ਇਸ ਉਮਰ ਦੇ ਵਿੱਚ ਬੱਚੇ ਨੂੰ ਖੇਡਾਂ ਬਹੁਤ ਪਿਆਰੀਆਂ ਨੇ। ਕਈ ਬੱਚੇ ਸਾਰਾ ਸਾਰਾ ਦਿਨ ਮੋਬਾਈਲ ਦੇ ਨਾਲ ਲੱਗੇ ਰਹਿੰਦੇ ਨੇ, ਪਬਜੀ ਖੇਡਦੇ ਰਹਿੰਦੇ ਨੇ, ਹੋਰ ਗੇਮਾਂ ਖੇਡਦੇ ਨੇ। ਸਾਡਾ ਪਿਛੋਕੜ ਵੀਰ ਜੀ ਪਬ ਨਹੀਂ, ਹੋਰ ਗੇਮਾਂ ਨਹੀਂ, ਸਾਡਾ ਪਿਛੋਕੜ ਜਿਹੜਾ ਬੜਾ ਵੱਡਾ ਏ, ਸਾਡਾ ਵਿਰਸਾ ਬੜਾ ਵੱਡਾ ਏ, ਆਪਣੇ ਵਿਰਸੇ ਵੱਲ ਝਾਤੀ ਮਾਰੀਏ ਤਾਂ ਸਾਡਾ ਇਹਨਾਂ ਗੇਮਾਂ ਨਾਲ ਕੋਈ ਲੈਣ ਦੇਣ ਨਹੀਂ ਬਣਦਾ। ਕਿੰਨੇ ਚਿਰ ਤੋਂ ਬੱਚਾ ਤੁਹਾਡੀ ਕੋਲ? ਬੱਚਾ ਸਾਡੇ ਕੋਲ ਥੋੜ੍ਹਾ ਚਿਰ ਹੋਇਆ ਜੇ ਬੱਚੇ ਨੂੰ ਇੱਥੇ ਆਏ ਨੂੰ, ਕਿਉਂਕਿ ਇਹਨਾਂ ਦਾ ਇਹਦੇ ਨਾਨਕੇ ਨਜ਼ਦੀਕੀ ਪਿੰਡ ਇੱਥੋਂ ਥੋੜ੍ਹੀ ਦੂਰ ਹੈ ਲੋਹਰਾਂ ਵਾਲੀ, ਉੱਥੇ ਇਹਦੇ ਨਾਨਕੇ ਨੇ ਅਤੇ ਇਹਦੇ ਫਾਦਰ ਸਾਹਿਬ ਅਤੇ ਇਹਦੇ ਮਾਮਾ ਜੀ ਸਾਡੇ ਜੋ ਇੱਥੋਂ ਸੰਸਥਾ ਦੇ ਮੁਖੀ ਨੇ ਭਾਈ ਦਵਿੰਦਰ ਸਿੰਘ ਜੀ ਖਾਲਸਾ, ਉਹਨਾਂ ਦੇ ਕਾਫੀ ਕਲੋਜ਼ ਸਨ। ਇੱਕ ਦਿਨ ਮਿਲਣ ਵਾਸਤੇ ਆਏ ਅਤੇ ਬੱਚੇ ਨੇ
ਕੁਝ ਉਹਨਾਂ ਨੂੰ ਭਾਈ ਸਾਹਿਬ ਨੂੰ ਕੋਈ ਬੋਲ ਕੇ ਸੁਣਾਇਆ, ਆਵਾਜ਼ ਵਧੀਆ ਲੱਗੀ, ਲੱਗਿਆ ਕਿ ਬੱਚਾ ਕਿਸੇ ਮੁਕਾਮ 'ਤੇ ਪਹੁੰਚ ਸਕਦਾ। ਅਤੇ ਫਿਰ ਇਹਨਾਂ ਦੇ ਫਾਦਰ ਸਾਹਿਬ ਨੂੰ ਕਿਹਾ ਵੀ ਤੁਸੀਂ ਬੱਚਾ ਸਾਡੇ ਕੋਲ ਰਹਿਣ ਦਿਓ, ਅਸੀਂ ਇਹਨੂੰ ਹੋਰ ਅੱਗੇ ਤੋਂ ਅੱਗੇ ਤਾਲੀਮ ਦੇ ਕੇ ਅਤੇ ਇਹਦੀ ਜਿੰਨੀ ਵੀ ਕੋਈ ਕਮੀ ਪੇਸ਼ੀ ਉਹ ਪੂਰੀ ਕਰਾਂਗੇ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।